ਭਰਾ ਸਾਰਿਆਂ ਨੂੰ ਇੱਥੇ ਆਉਣ ਤੇ ਬਹੁਤ ਬਹੁਤ ਮੁਬਾਰਕਬਾਦ ਦਿੰਦਾ ਮੈਂ, ਕਿਉਂਕਿ ਇਹੋ ਜਿਹੇ ਮੇਲੇ ਟੂਰਨਾਮੈਂਟ ਜਿਹੜੇ ਹੁੰਦੇ ਰਹਿੰਦੇ ਨੇ, ਕਿਉਂ ਅਸੀਂ ਵੀ ਕਾਫੀ ਚਿਰ ਪਹਿਲਾਂ ਕਰਦੇ ਰਹੇ ਹਾਂ, ਕਿਉਂਕਿ ਸਭ ਤੋਂ ਵੱਡੀ ਗੱਲ ਇਹ ਆ ਵੀ ਮੈਡਮ ਸਤਿਕਾਰ ਕੌਰ ਜੀ ਨੇ ਮੈਨੂੰ ਅੱਜ ਮੇਰੀ ਡਿਊਟੀ ਲਾਈ। ਆਉਣਾ ਤਾਂ ਉਹਨਾਂ ਸੀ ਵੀਗਾ, ਕਿਉਂਕਿ ਸੈਸ਼ਨ ਚੱਲਣ ਵਾਲਾ ਹੈ, ਸੈਸ਼ਨ ਕਰਕੇ ਉਹਨਾਂ ਦੀ ਡਿਊਟੀ ਉੱਥੇ ਲੱਗੀ ਹੋਈ ਆ। ਦੂਸਰੀ ਗੱਲ ਇਹ ਵੀ MLA ਸਾਹਿਬ ਵੀ ਆਉਣਾ ਸੀ ਅਤੇ ਨਾਲ ਉਹਨਾਂ ਦੇ ਨੇਤਾ ਜੀ ਵੀ ਆਉਣਾ ਸੀਗਾ, ਕਿਉਂ ਲਾਡੀ ਗਹਿਰੀ ਜੀ ਵੀ, ਕਿਉਂਕਿ ਕੋਈ ਪ੍ਰੋਬਲਮ ਇਹੋ ਜਿਹੀ ਬਣ ਗਈ ਆ, ਚਾਰ ਪੰਜ ਦਿਨ ਤੋਂ ਉਹ ਉੱਥੇ ਪਹੁੰਚੇ ਹੋਏ ਨੇ ਚੰਡੀਗੜ੍ਹ, ਅਤੇ ਉਹਨਾਂ ਦਾ ਆਉਣ ਦਾ ਟਾਈਮ ਨਹੀਂ ਲੱਗ ਸਕਿਆ, ਅਤੇ ਇਸ ਕਰਕੇ ਵੀ ਸਪੈਸ਼ਲ ਡਿਊਟੀ ਮੇਰੀ ਲਾਈ ਸੀ, ਕੋਈ ਕੰਮ ਹੋਰ ਸੀ, ਇਸ ਕਰਕੇ ਮੈਂ ਇੱਥੇ ਪਹੁੰਚਿਆ। ਨਾਲ ਮੇਰੇ ਜਿੰਨੇ ਵੀ ਸੱਜਣ ਪਹੁੰਚੇ, ਕਾਂਗਰਸ ਪਾਰਟੀ ਦੇ ਮੇਰੇ ਵੀਰ ਪਹੁੰਚੇ ਨੇ, ਉਹਨਾਂ ਨੂੰ ਮੈਂ ਬਹੁਤ ਬਹੁਤ ਮੁਬਾਰਕਬਾਦ ਦਿੰਦਾ। ਔਰ ਗੱਲਾਂ ਤਾਂ ਬਹੁਤ ਕਰਨ ਵਾਲੀਆਂ, ਕਿਉਂਕਿ ਪ੍ਰੋਗਰਾਮ ਇੱਕ ਦੋ ਹੋਰ ਨੇ, ਉੱਥੇ ਵੀ ਅਸੀਂ ਜਾਣਾ ਜ਼ਰੂਰੀ ਆ। ਅਤੇ ਹੋਰ ਮੈਂ ਇੱਥੇ ਜਿੰਨੇ ਵੀ ਹੈਗੇ ਪਰਿਵਾਰ ਟੀਮਾਂ ਪਹੁੰਚੀਆਂ ਜਾਂ ਪੱਤਰਕਾਰ ਪਹੁੰਚੇ, ਕੋਈ ਵੀ ਪੁਲਿਸ ਮੁਲਾਜ਼ਮ ਪਹੁੰਚਿਆ, ਉਹਨਾਂ ਨੂੰ ਇੱਥੇ ਪਹੁੰਚਣ 'ਤੇ ਬਹੁਤ ਬਹੁਤ ਵਧਾਈ ਦਿੰਦਾ ਮੈਂ। ਔਰ ਮੈਡਮ ਸਤਿਕਾਰ ਕੌਰ ਜੀ ਵੱਲੋਂ, ਔਰ ਨੇਤਾ ਜੀ MLA ਸਤਿਕਾਰ ਕੌਰ ਗਹਿਰੀ ਜੀ, ਔਰ ਲਾਡੀ ਜੀ ਗਹਿਰੀ ਵੱਲੋਂ ਇੱਥੇ ਮੈਂ ਪਾਰਟੀ ਨੂੰ 31,000 ਰੁਪਏ ਦਾ ਐਲਾਨ ਕਰਕੇ ਜਾਂਦਾ ਪਿਆ, ਕਿਉਂਕਿ ਜਿਸ ਦਿਨ ਭਾਜੀ ਕੁਲਦੀਪ ਸਿੰਘ ਨੂੰ ਦੱਸ ਦਿੱਤਾ ਪਹਿਲਾਂ ਹੀ, ਜਦੋਂ ਮੈਡਮ ਜੀ ਆ ਜਾਣਗੇ ਤੁਹਾਨੂੰ 31,000 ਰੁਪਏ ਦਾ ਚੈੱਕ ਇੱਥੇ ਦਿੱਤਾ ਜਾਏਗਾ। ਔਰ ਹੋਰ ਕੋਈ ਮੰਗ ਹੋਊਗੀ ਤੁਹਾਡੀ, ਕੋਈ ਵੀ ਕਿਸੇ ਕਿਸਮ ਦੀ ਵੀ ਸਾਨੂੰ ਤੁਸੀਂ ਕੋਈ ਲਿਖ ਕੇ ਦਿਓ, ਜਿਹੜੀ ਵੀ ਤੁਹਾਡੀ ਮੰਗ ਆ ਜਾਂ ਕੋਈ ਕਿਸੇ ਚੀਜ਼ ਦੀ ਵੀ ਅਸੀਂ ਪੂਰੀ ਕਰਾਂਗੇ, ਕਿਉਂਕਿ ਇਹ ਕਰਨਾ ਤਾਂ ਤੁਸੀਂ ਲਿਖ ਕੇ ਤੁਸੀਂ ਦੇਣਾ, ਕਰਨਾ MLA ਸਾਹਿਬ ਨੇ, ਸਾਡੀ ਤਾਂ ਸਿਰਫ ਇੱਕ ਹਾਜ਼ਰੀ ਆ, ਅਸੀਂ ਉਹ ਹਾਜ਼ਰੀ ਡਿਊਟੀ ਲਗਾ ਚੁੱਕੇ ਹਾਂ। ਅਤੇ ਇੱਥੇ ਆਏ ਹੋਏ ਸਾਰੇ ਜਿੰਨੇ ਵੀ ਮੇਰੇ ਭਰਾ ਨੇ, ਜਿੰਨੇ ਵੀ ਇੱਥੇ ਵਰਕਰ ਆ, ਉਹਨਾਂ ਨੂੰ ਇੱਥੇ ਪਹੁੰਚਣ 'ਤੇ ਬਹੁਤ ਬਹੁਤ ਵਧਾਈ ਦਿੰਦਾ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ। ਹਾਂਜੀ ਹਾਂਜੀ, ਜ਼ਰੂਰ ਜੀ, ਜ਼ਰੂਰ। ਸੋ ਬਹੁਤ ਬਹੁਤ ਧੰਨਵਾਦ, ਵੱਡਾ ਸਤਿਕਾਰ ਸਾਡੇ ਅੱਜ ਦੇ ਮੁੱਖ ਮਹਿਮਾਨ ਸਮੁੱਚੀ ਪ੍ਰਬੰਧਕੀ ਕਮੇਟੀ ਵੱਲੋਂ ਜੀ ਆਇਆਂ, ਬਹੁਤ ਬਹੁਤ ਧੰਨਵਾਦ, ਬਹੁਤ ਵੱਡਾ ਮਾਣ ਬਖਸ਼ਿਆ। ਲਓ ਕਬੱਡੀ ਪੈ ਗਈ ਮੇਰੇ ਵੀਰੋ ਰੋਗਲੇ ਵਾਲੇ ਨੌਜਵਾਨ ਦੀ, ਤੇ ਆਹ ਦੇਖਦੇ ਪੁਆਇੰਟ ਜਿਹੜਾ ਮਿਰਜੇਕਿਆਂ ਦੀ ਟੀਮ ਦੇ ਖੱਤ ਵਿਜੋੜਦਾ ਹੈ, ਚੱਲ ਵੀ ਨੌਜਵਾਨਾਂ ਗੱਭਰੂ ਆ ਪਾ ਕਬੱਡੀ। ਇੱਕ ਪਾਸੇ ਮੈਂ ਦੀ ਕੋਟ ਸ਼ਮੀਰ ਦੀ ਟੀਮ ਹੈ ਪੰਡਿਤ ਜੀ, ਤੇ ਦੂਜੇ ਪਾਸੇ ਪਿੰਡ ਮਿਰਜੇ ਕਿਸੇ ਨਗਰ ਦੀ ਟੀਮ ਹੈ। ਫਾਈਨਲ ਮੈਚ ਖੇਡਿਆ ਜਾ ਰਿਹਾ ਮੇਰੇ ਵੀਰੋ, ਕਾਫੀ ਟੀਮਾਂ ਦੇ ਵਿੱਚੋਂ ਨਿੱਤਰ ਕੇ ਆਈਆਂ ਟੀਮਾਂ ਹੈ। ਲਵ ਇਧਰਲੇ ਪਾਸੇ ਪਈ ਕਬੱਡੀ ਖੇਡ ਮੈਦਾਨ ਦੇ ਵਿੱਚ, ਪਰ ਆਓ ਦੇਖਦੇ ਚਾਰ ਜਾਂ ਫੀ, ਤੇ ਇੱਧਰ ਗਗਨ ਦੇ ਨਾਲ ਹੱਥ ਜੋੜੀਆਂ ਹੋ ਗਈਆਂ, ਪਰ ਆਓ ਦੇਖੋ ਕੀ ਬੰਦਾ ਕੀ ਜੁੜਦਾ, ਗੱਭਰੂ ਰਹਿੰਦਾ ਜਾਂ ਮੁੜਦਾ, ਹੋ ਗਈ ਬੱਲੇ ਬੱਲੇ। ਪਰ ਪੁਆਇੰਟ ਜਿਹੜਾ ਕੋਟ ਸ਼ਮੀਰ ਵਾਲਾ ਨੌਜਵਾਨ ਆਪਣੀ ਟੀਮ ਦੇ ਖੱਤ ਵਿਜੋੜਦਾ ਹੈ, ਆ ਵੀ ਨੌਜਵਾਨ ਪਾ ਅਗਲੀ ਕਬੱਡੀ ਖੇਡ ਮੈਦਾਨ ਦੇ ਵਿੱਚ। ਲਓ ਗੱਗੂ ਨੌਜਵਾਨ ਅਗਲੀ, ਬੱਬੂ ਅਗਲੀ ਕਬੱਡੀ ਪਾਉਣ ਦੇ ਲਈ ਵਾਧਾ ਹੋਇਆ, ਵੱਧ ਅੱਗੇ ਪਾ ਕਬੱਡੀ। ਅਗਲਾ ਮੈਚ ਭਾਂਗਰ ਤੇ ਬੇਰ ਗਿੱਲ, ਮਚਾਕੀ ਖੁਰਦ ਤੇ ਹਰਦਾਸਾ, ਕੋਕਰੀ ਤੇ ਪੰਜ ਗਰਾਈ, ਇਹ ਟੀਮਾਂ ਤਿਆਰ ਰਹਿਣ। ਕਿਸ਼ਨਪੁਰਾ ਤੇ ਗਹਿਲਾ, ਖੁਖਰਾਣਾ ਤੇ ਕੋਟ ਕਰੋੜ ਨੂੰ ਵੀ ਬੇਨਤੀ ਹੈ ਮੇਰੇ ਵੀਰ, ਇਹ 5-6 ਮੈਚ ਜਿਹੜੇ ਅਨਾਊਂਸ ਹੋ ਗਏ ਨੇ, ਇੱਧਰ ਪਈ ਹੋਈ ਕਬੱਡੀ ਤੇ ਆਓ ਦੇਖੋ, ਹੋ ਗਈ ਬੱਲੇ 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 ਬੱਲੇ, ਹੋ ਬੱਲੇ ਬੱਲੇ ਬੱਲੇ, ਹੋ ਮਾਰੋ ਤਾੜੀਆਂ ਇੱਕ ਵਾਰੀ, ਮਾਰੋ ਤਾੜੀਆਂ ਮਿਰਜੇਕਿਆਂ ਦੀ ਟੀਮ ਦੇ ਲਈ। ਚੱਲ ਵੀ ਨੌਜਵਾਨਾਂ ਪਾ ਕਬੱਡੀ, ਕਿ ਤਾੜੀਆਂ ਵੱਜੀਆਂ ਤੋਂ ਪਤਾ ਲੱਗਦਾ ਲੋਕਾਂ ਦੇ ਮਨ ਲੱਗਿਆ ਦਾ, ਦੁਨੀਆ ਪੂਜਦੀ ਇੱਥੇ ਯੋਧਿਆਂ ਨੂੰ, ਕੋਈ ਨਾਨੀ ਲੈਂਦਾ ਮੈਦਾਨੋਂ ਭੱਜਿਆ ਦਾ। ਉਧਰ ਚੰਦ ਯਾਰ ਪੁੱਜਿਆ, ਕਹਿੰਦੇ ਕਬੱਡੀ ਦਾ ਆਸ਼ਕ ਹੈ, ਜਸ ਭਾਲੇ ਵਾਲਾ ਤੇ ਨਾਲ ਕਹਿੰਦੇ ਮੰਗਾ ਭਲਵਾਨ ਵੀ ਪੁੱਜਿਆ ਹੋਇਆ ਹੈ। ਪਰ ਉਧਰ ਦੇਖੋ ਸਾਹਮਣੇ ਸੋਢੀ ਵਾਲੇ ਦੇ ਗੁਰਮੁਖ ਨੇ ਸੱਚੀ ਬੋਲੀ ਬੋਲੀ ਹੈ ਵੀ ਨੰਬਰ 22 ਦੇ ਸੇ ਜਾ ਜੁੜਿਆ। ਅਗਰ ਇਹ ਮੁਕਾਬਲੇ ਦੀਆਂ ਟੀਮਾਂ ਬਾਈ ਬਾਹਰਲੇ ਪਾਸੇ ਰੁਕ ਜਾਓ, ਪਲੀਜ਼ ਬੇਨਤੀ ਹੈ, ਇੱਥੇ ਰੁਕ ਜਾ ਕਰੋ, ਜਦ ਵੀ ਮੈਚ ਸਮਾਪਤ ਹੁੰਦਾ ਨਾ ਫੇਰ ਹੀ ਗਰਾਊਂਡ ਦੇ ਵਿੱਚ ਆਉਣਾ ਹੈ। ਮੈਂ ਕਬੱਡੀ ਦੇਖੋ ਹੁਣ ਖੇਡ ਦੇ ਮੈਦਾਨ ਵਿੱਚ ਹੈ, ਇੱਕ ਪਾਸੇ ਮਿਰਜੇਕਿਆਂ ਦੀ ਟੀਮ ਹੈ ਤੇ ਦੂਜੇ ਪਾਸੇ ਜ਼ਿਲ੍ਹੇ ਬਠਿੰਡੇ ਦੀ ਕੋਟ ਸ਼ਮੀਰ ਦੀ ਟੀਮ ਹੈ। ਚਾਰ ਜਾਫੀ ਤੇ ਚਾਰੇ ਕਹਿੰਦੇ ਚਟਾਨਾਂ ਵਰਗੇ ਮੁੰਡੇ ਹੈ, ਸੰਗਤ ਦਾ ਠਾਠਾ ਮਾਰਦਾ ਇਕੱਠ, ਉਹ ਬੱਲੇ 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 ਬੱਲੇ।
लग्या जफा ते धावी गया डकया चढ़ गया नशा जिन्ना सारा कुछ तकिया राजकुमार नौजवान कबड्डी पाउंदा है लै मिर्जे के वाले हो गल ता बंद जे टाके हिक ते बहनी हो जे बरोबर दी भाजी मोड़ दे हो लाओ देखांगे इधर राजकुमार ने कबड्डी पाउनी खेड मैदान दे विच के खेड दे मैदान विच खिच दी लकीर अज पता लगू कि ना तकड़ा शरीर फिटू सबे वांगू पा दियो कबड्डिया ते जित नहीं देने कोई होर मित्रो सामने पैकअप कने चुमने ला के डौलिया पट्टा दा जो राजकुमार कबड्डी दा राजकुमार कबड्डी दा एक होर नंबर अपनी टीम दे से जोड़दा होया है आओ सामने कबड्डी पैंदी ते दुनिया देखदी है भी बाकी कल्ले कल्ले गप्परू ते रो पूरा चढ़िया कौन जाऊ भज कौन जाऊ फड़िया लख लख दी कबड्डी अज पाउणगे कल्ले कल्ले मित्र ओ जफा जेड़े 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 झाफी ने लांदा हो जानी आ बल्ले 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 मित्रो एन बल्ले बल्ले होनी है उधर कुलदीप सिंह जी साडे सत्कार दे योग है लख रुपए दा वड्डा योगदान इस कबड्डी कप दे लई ला मेदर कबड्डी पैगी मेरे मित्रों ला गगू नत वाला कबड्डी पाउण दे लई वादा होया है के विच गहने झल्लां दे बब्बर शेर ना रहंदे गुज्जे ओए कौन ठल्लू तफाना नु ओए सागर गुड जजमेंट मनना पैना ओए नत्तां वालिया मनना पैना सोडी वाले दे गुरमुख ने सच्ची बोली बोली है भी नंबर मिर्जे क्या दी टीम दे से है 100 रुपया जसवंत सिंह नौजवान बच्चा 13 कु साल दा सत्तवीं क्लास दा स्टूडेंट है जिन्हें कहते छोटी उम्र दे विच 14 गोल्ड मेडल जितते है ते ओदे फादर साहब मंगा जी साडे पुजे है उन्हां वल्लों 100 रुपया टीम दे लई मान सम्मान पुजा है ऐसे टीम दे लई साडी दे लई मिर्जे कैमली दे लई वड्डे मान मंगा कबड्डी दा बुलारा कहिंदे छिंजां दा बुलारा ओह भी पुजिया होया है लाओ इधरले पासे कबड्डी पैगी मेरे मित्रो लाओ देखांगे कोट शमीर वाले ओह कहिंदे कोई गल नहीं भांजी प्रॉपर मोड़ांगे आ देखो इधरले पासे 21 तो 31 31 तो 21 हो गई बल्ले बल्ले ओ वाह नौजवाना मेरी सा ए आ कोट शमीर वाला बठिंडे तो जदों सब की तलवंडी नु जाने है रास्ते दे विच कोट शमीर पैंदा है एवें नहीं किसे गल नाल ही आए है लावे इधरले पासे कबड्डी पैगी मेरे मित्रो तीन याफी ने मिर्जे क्या दी टीम दे इधर हल्का जा टच ते पॉइंट धावी दे खत विच जुड़ गया है के मुल पैन शरीरां दे मेहनत लाउंदे जिहड़े उठ के ओ धन जोर जवाना दा लाउंदे मेहनत जिहड़े उठ के धन जोर जवाना दा लैजन भरिया मेला लुट के ए अड़ियल घोड़े ने कर ही जांदे ने मनमानी राजे खेले हट पिछे लुड्डियां पाउंदी फिरे जवानी कहिंदे कबड्डियां जाफियां नूं पौणियां पै गईआं ओए मित्रो जोर अणख दी गल जित्तां दे फैसले की होणगे उधर शिवेंद्र सिंह जी भलूर वाले जुड़े होए ऐ कहिंदे गल टिकाणे किवें लगू 20 सितंबर बाबे फरीद दा कबड्डी कप फरीदकोट नहरू स्टेडियम दे विच कहिंदे होवेगा उत्थे बड़ियां रौनकां लाउण जा रहे है निर्मल सिंह जी संघे होणी रणजीत कलेर होणी साडे भरा कहिंदे है आउण वाली 19 ते 20 तरीक गोल्ड कबड्डी कप बाबा फरीद दी धरती ते आ मुंडा कहिंदे कबड्डी पा रिहा गग्गू ते जाफी चार मिर्जे क्या वाले मुंडे हो गया मूरे कराऊ बल्ले 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 लग जू पता इथे रख की पानी डोल गई झांजरा वाली ते कैंठे वाला तिलक गया है चल भी नौजवाना रोगले वाले पां कबड्डी के कबड्डियां दो दो पा दियो मसला जितदा बन गया है जफे दो दो ला दियो मसला हिंडदा बन गया है इधर पई हुई कबड्डी ते लाओ देखांगे कौन डकू कौन रखू एन चार रे या फी मेरे वीरो जहां दी की रणनीति की दौत बंदी उधर कोट शमीर वाला ओ कहिंदा मैनू छड्डो मैं रखू लाओ हो गई बल्ले 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 ओ वाह नौजवाना नहीं रीसा आ देखो पॉइंट मिर्जे गया दी टीम दे खत वे जुड़ गया है चल भी नौजवाना पाक बड़ी दे गुरचर में शेर कहानी मेरे वीर लाओ सामने राजकुमार कबड्डी दा उधर अगले मुकाबले दी टीमां भी तैयार है ਤੇ ਕਬੱਡੀ ਕਹਿੰਦੇ ਜਮਾ ਪੱਬਾਂ ਭਾਰ ਹੋਈ ਬੈਠੀ ਸੰਗਤ ਪੰਜਾਬ ਲਾਈ ਬੰਦ ਤੇ ਦੁਨੀਆ ਜੁੜੀ ਐ ਵੀ ਨਜ਼ਾਰਾ ਵੱਖਰਾ ਓਏ ਬੱਲੇ 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 ਕੰਧ ਟੱਪ ਕੇ
ਬਣਾ ਲੈ ਗੋਡੇ ਉਹ ਫਿੱਟੇ ਮੂੰਹ ਆਪਣੀ ਯਾਰੀ ਦੇ ਗੱਲ ਐਨ ਟਿਕਾਣੇ ਲੱਗੀ ਹੋਈ ਹੈ ਚੱਲ ਵੀ ਨੌਜਵਾਨਾਂ ਭਾਂਕ ਵੱਡੀ ਅੱਜ ਦਾ ਸੁਨੇਰਾ ਵਾਲਿਆ ਉਹ ਗੱਲ ਹੋਈ ਪਈ ਹੈ ਕਿ ਮੇਰੇ ਜੇਠ ਦੇ ਪੁੱਠੇ ਦਿਨ ਆਏ ਕਿੱਕਰਾਂ ਨੂੰ ਭਾਵੇ ਜੱਫੀਆਂ ਮੇਰੇ ਜੇਠ ਦੇ ਪੁੱਠੇ ਦਿਨ ਆਏ ਨੀ ਕਿੱਕਰਾਂ ਨੂੰ ਭਾਵੇ ਜੱਫੀਆਂ ਗੱਲ ਉਹ ਬਣੀ ਪਈ ਹੈ ਮੇਲਾ ਕਹਿੰਦੇ ਜਮਾ ਸਿਰੇ ਤੇ ਉਹ ਭੱਲੇ 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 ਅਣਚੱਲੇ ਹਥਿਆਰਾਂ ਨੂੰ ਵੀ ਪਰਖਾਂਗੇ ਲੋੜ ਪਈ ਤੋਂ ਯਾਰਾਂ ਨੂੰ ਵੀ ਪਰਖਾਂਗੇ ਪੁਆਇੰਟ ਜਿਹੜਾ ਕੋਟ ਸ਼ਮੀਰ ਦੀ ਟੀਮ ਦੇ ਖੱਤ ਵੀ ਜੁੜ ਗਿਆ ਹੈ ਚੱਲ ਵੀ ਨੌਜਵਾਨਾਂ ਗੱਭਰੂਆ ਭਾਂ ਕਬੱਡੀ ਲਵੇ ਦਲੇ ਪਾਸੇ ਕਬੱਡੀ ਪੈ ਗਈ ਮੇਰੇ ਮਿੱਤਰੋ ਲਓ ਮਿਰਜੇ ਗਿਆ ਵਾਲਿਓ ਕੌਣ ਰੱਖੂ ਕੌਣ ਰੱਖੂ ਕੌਣ ਬਰੋਬਰ ਦੀ ਭਾਜੀ ਮੋੜਦਾ ਹੈ ਕਿ ਕਾਲੇ ਪਾਣੀ ਮੋੜ ਨੂੰ ਉਹ ਖੱਤ ਕਿਸ਼ਨੇ ਪਾਇਆ ਓਏ ਬਦਲਾ ਲੈ ਲਈ ਸੋਹਣਿਆ ਜੇ ਮਾਂ ਦਾ ਜਾਇਆ ਬੱਲੇ 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 ਉਹ ਬੱਲੇ 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 ਉਹ ਤਾੜੀਆਂ ਮਾਰ ਦਿਓ ਮਿੱਤਰੋ ਬੋਲੇ ਸੋਹਣਿਆ ਸਤਿ ਸ੍ਰੀ ਅਕਾਲ ਹੈਲੋ ਬਈ ਕਮੇਟੀ ਵੱਲੋਂ ਮਿਰਜੇ ਕਹਿੰਦੇ ਜਾਫੀ ਨੂੰ 100 ਰੁਪਿਆ ਵਾਹ ਪ੍ਰਬੰਧਕ ਕਮੇਟੀ ਵੱਲੋਂ 100 ਦਾ ਨੋਟ ਆ ਗਿਆ ਹੈ ਕਦੇ ਮੁਹੰਮਦ ਸਦੀਕ ਨੇ 100 ਦੇ ਨੋਟ ਦੀ ਚਰਚਾ ਕੀਤੀ ਹੈ ਤੇ ਅੱਜ ਕਮੇਟੀ ਵਾਲੇ ਕਰ ਰਹੇ ਹੈ ਲੰਬੜਦਾਰਾਂ ਦੇਖ ਲੈ ਮੁੰਡਾ ਤੇਰੇ ਪਿੰਡ ਲਈ ਸਿਰਾ ਕਰਾਈ ਜਾਂਦਾ ਰਾਜਾ ਸ਼ੇਰ ਕਹਾਣੀ ਲਾਂਬੇ ਦਰਲੇ ਪਾਸੇ ਰੋਗਲੇ ਵਾਲਾ ਬੱਬੂ ਕਬੱਡੀ ਪਾਉਂਦਾ ਹੈ ਉਧਰ ਪ੍ਰਗਟ ਸਿੰਘ ਜੀ ਗੁਲਾਮ ਪੱਤਰਾਂ ਵਾਲੇ ਦੇ ਨੰਬਰਦਾਰੂ ਨਹੀਂ ਬੈਠੇ ਨਾ ਮੈਚਾਂ ਦਾ ਨਾ ਦਮਾਨਦੇ ਨੇ ਲਾਓ ਕੋਟ ਸ਼ਮੀਰ ਵਾਲਾ ਆਓ ਦੇਖੋ ਦੇਖੋ ਮੈਂ ਵੀ ਜੱਟ ਦਾ ਪੁੱਤ ਹਾਂ ਅਰਜਨ ਵਰਗਾ ਨੇ ਅੱਖਾਂ ਬੰਨ ਕੇ ਤੀਰ ਟਕਾਣੇ ਲਾ ਦੂੰਗਾ ਮੈਂ ਵੀ ਜੱਟ ਦਾ ਪੁੱਤ ਹਾਂ ਅਰਜਨ ਵਰਗਾ ਨੇ ਅੱਖਾਂ ਬੰਨ ਕੇ ਤੀਰ ਟਕਾਣੇ ਲਾ ਦੂੰਗਾ ਮੈਚ ਇੱਥੇ ਹੀ ਸਮਾਪਤ ਆ ਜਿਹਨੂੰ ਜਿਹਨੂੰ ਸਵਾਦ ਆਇਆ ਇੱਕ ਵਾਰੀ ਤਾੜੀ ਮਾਰ ਦਿਓ ਮੇਰੇ